ਲੈ ਵੀ ਅੱਜ ਵੀ ਸਰਵਿਸ ਕਰਵਾਉਣ ਆਏ ਸੀਗੇ, ਕੰਮ ਕਈ ਹੈ। ਇੱਕ ਤਾਂ ਪੰਪ ਲੀਕ ਸੀਗਾ ਦੋਵੇਂ ਸਾਈਡਾਂ ਤੋਂ, ਜਿਹੜੇ ਕਹਿੰਦੇ ਹੈ ਸਟੱਡ ਹੁੰਦੇ ਉਹ ਲੀਕ ਹੋਏ ਖੜੇ ਸੀ ਸਾਰੇ ਯਾਰ। ਅਤੇ ਪੰਪ ਦਾ ਕੰਮ ਕਰਵਾਇਆ, ਸਟੱਡ ਸਟੱਡਾਂ ਦੇ ਲੱਗ ਗਿਆ ਸੀ, ਉਹਨੇ ਤਾਂ 700 ਰੁਪਇਆ ਲੱਗਿਆ ਸੀਗਾ, ਅਤੇ 400 ਰੁਪਇਆ ਦੇ ਦਿੱਤਾ ਸੀ ਉਹਨੇ ਲਿਹਾਜ਼ ਕਰਕੇ। ਅਤੇ ਹੋਰ ਇਹਦਾ ਸੀਗਾ, ਇੱਕ ਤਾਂ ਕੂਲੈਂਟ ਵਾਲਾ ਢੱਕਾ ਖਰਾਬ ਸੀਗਾ, ਉਹ ਟੁੱਟਿਆ ਖੜਾ ਸੀ ਯਾਰ, ਆਪਣੀ ਪੈਪ ਜਾਂਦੀ ਹੈ ਸਾਰੀਆਂ ਢਿੱਲੀਆਂ ਸੀ, ਪੈਪਾਂ ਡਿੱਗੀਆਂ ਹੋਣੀਆਂ ਸੀ ਸਾਰੀ, ਅਤੇ ਉਹ ਢੱਕਣ ਨਵਾਂ ਹੀ ਲੱਗਿਆ। ਉਹ ਤਾਂ ਬਸ ਮੈਂ 30-40 ਰੁਪਏ ਦਾ ਹੀ ਆਇਆ ਸੀ ਯਾਰ, ਬਾਕੀ ਪੰਪ ਖੋਲ ਹੀ ਜਾਂਦੇ ਆ। ਬਾਕੀ ਵਿੱਚ ਹੀ ਸਰਵਿਸ ਆ ਗਈ ਦੀ, ਅਤੇ ਪੰਪ ਦਾ ਕੰਮ ਆ ਗਿਆ, ਇੰਡੀਕੇਟਰ ਬੈਕ ਇੰਡੀਕੇਟਰ ਦਾ ਬਲਬ ਆ ਜਿਹੜੇ ਹੁਣ 53 ਦੱਸਿਆ ਉਹ ਭੱਜਦੇ ਨਾ ਫੋਰ ਸਪੀਡ ਵਾਲੇ, ਨਹੀਂ ਚੱਕਦਾ ਸੀਗਾ ਬਲਬ ਫਿਊਜ਼ ਸੀ ਉਹ। ਮੈਂ ਦੋ ਸਿਸਟਮ ਹੁੰਦੇ ਆ ਕੋਈ, ਬਾਕੀ 52 ਤਾਂ ਲੈਣੇ ਹੀ ਸੀ ਪੂਰੀ ਆ। ਪਹਿਲੇ ਦਿਨ ਇਹਦੀ ਰੇਸ ਐਵੇਂ ਚੱਕਰ ਸੀਗਾ ਕਿ 2600 53 ਦੱਸਦੇ ਦਿੰਦੇ ਤਾਂ ਨਹੀਂ ਮਿਲਦਾ, ਕੈਵਨ ਕੇ ਦਿੰਦੇ ਆ 3000 ਦੇ ਚੱਕਰਾਂ ਤੋਂ ਉੱਤੇ ਹੀ ਜਾਂਦਾ। 50-75 ਦੀ ਦਿੰਦੇ ਉਹ ਏਸੀ ਕੈਬਨ, 50-75 ਦੇ। ਬਾਕੀ ਤਾਂ ਟਰਬੋ ਦਾ ਵੀ ਕਹਿ ਰਿਹਾ ਕਿ ਟਰਬੋ ਵੀ ਲੀਕ ਹੈ, ਟਰਬੋ ਚੇਂਜ ਕਰਵਾਉਣੀ ਹੈ, ਅੱਜ ਕੰਪਲੇਂਟ ਪਾਤੀ ਸੀਗੀ। ਹਾਂ ਕਹਿੰਦੇ 3-4 ਦਿਨ ਐਡਾ ਵੱਡਾ ਲੈਣਾ ਨਹੀਂ, ਟਰਬੋ ਚੇਂਜ ਹੋ ਸਕਦੀ ਹੈ ਵਾਰੰਟੀ 'ਚ ਕਿ ਨਹੀਂ। ਵੈਸੇ ਟਰਬੋ 18000 ਦੀ ਹੈ ਜਿਹੜੀ ਹੁਣ ਆਮ ਜੂਨੀਅਰ ਦੇ ਆ ਰਹੀ ਹੈ, 52-53 ਦੇ। ਸਾਡੇ ਪਿੰਡ ਵਾਲੇ ਬੰਦੇ ਨੂੰ ਹੁਣੇ ਇੱਕ ਦਵਾ ਕੇ ਗਏ ਸੀ, ਸੋਨਾ ਲੀਕਰ ਸਿਕੰਦਰ DI 50, ਬੜਾ ਜ਼ੋਰ ਲਾਇਆ ਉਹਨੂੰ ਜੂਨੀਅਰ ਨੂੰ ਯਾਰ, ਦਿੱਤਾ ਹੀ ਨਹੀਂ ਉਹਨੇ ਸਾਰਿਆਂ ਨੂੰ, ਉਹਨੂੰ ਦਵਾਉਂਦੇ ਸੀ 52-10। ਪੈਸੇ ਲਾਉਣਾ ਹੈ ਨਹੀਂ ਸਾਲੇ, ਇਹਨਾਂ ਸਾਰੇ ਦੂਜੇ ਹੀ ਹੈ, ਕਿਸ਼ਤਾਂ ਵਾਲੀ ਹੈ। ਤੁਸੀਂ ਤੁਹਾਡੀ ਮੰਨ ਲੈਂਦੇ ਹੈਗੇ ਜੂਨੀਅਰ ਵਾਲੇ, ਉਹਨੂੰ ਟਰੈਕਟਰ ਭਾਰੇ ਬਣਾਉਣ ਲੱਗ ਜਾਓ ਨਾ, ਇੰਨੇ ਹਲਕੇ ਕਾਹਤੋਂ ਬਣਾਉਂਦੇ ਹੋ, ਜਿਹੜੇ ਪਿੱਛੇ ਜੂਨੀਅਰ ਬਣ ਕੇ ਆਉਂਦੇ ਆ। ਯਾਰ ਸਰ ਸੇ ਫਿਰ ਕਿੰਨੇ ਲੈਂਦੇ ਪੈਸੇ ਕਰਾਉਂਦੇ ਯਾਰ? ਜਿਹੜਾ ਫੁੱਲ ਪੰਪ ਕੰਮ ਕਰਾਉਣਾ, ਜਿਵੇਂ ਹੁਣ ਟਰਬੂ ਦੇਖਦੇ ਆ ਕਿੰਨੇ ਪੈਸੇ। ਉਹ ਮੈਨੂੰ ਬਸ ਜ਼ੋਰ ਜ਼ੋਰ ਤਾਂ ਵਾਧੂ ਮਾਰਦਾ ਯਾਰ, ਫਿਰ ਸਹੀ ਹੈ ਕਾਹਦੇ ਵਾਸਤੇ, ਫਿਰ ਕਾਹਦੇ ਵਾਸਤੇ ਫਿਰ ਪੈਸੇ ਲਾਉਂਦੇ ਆ। ਮੀਟਰ ਮੂਟਰ ਕੁਛ ਨੀ ਚੱਲਦੇ ਸੀਗੇ, ਸਾਰੇ ਬੰਦ ਹੋਏ ਪਏ ਸੀ, ਚਾਬੀ ਫ੍ਰੀ ਹੋ ਜਾਂਦੀ ਸੀ, ਮਾੜੀ ਬੈਕ ਕਰਨੀ ਪੈਂਦੀ ਸੀ ਤਾਂ ਜਾ ਕੇ ਚੱਲਦੀ ਸੀ। ਇਹਦੇ ਨਾਲ ਫਿਰ ਸੈਲਫ ਦਾ ਵੀ ਡਰ ਹੁੰਦਾ ਕਿ ਸੈਲਫ ਨਾ ਖਰਾਬ ਹੋ ਜਾਵੇ। ਲੈ ਜੀ ਆਪਣਾ ਪੰਪ ਤਿਆਰ ਹੈ ਹੁਣ, ਉਹ ਦੇਸੀ ਹੋਣੀ ਡੱਬਾ ਆਉਂਦਾ ਜੀ, ਮੰਨ ਲਓ 250 ਦਾ, ਇਹਨੇ
आ ट्यूब भाई बहुत महंगी आती है, 1000 रुपये की एक ट्यूब है, पर जिते जोड़ ला दे मुड़के लीक तो नहीं होंगे। ये 400 रुपया चार्ज लेंगे एक ट्रैक्टर का। अपनी एक वीडियो पेंडिंग रह गई सी, आप लैमीनेशन करवाया सीगा अज ब्लैक वाला, तो लैमीनेशन ये अगे लवाइया सी, आप स्टिकर जो लवाए थे कई लवा रखे करेज जहा चली जाता, ये लैमीनेशन आ गई। बाकी रेस भी खिलाती जा रही थी पूरी, एक सुच पवाया सीगा आप 700 रुपये का, ये पे यार। बाकी होर कोई काम नहीं सीगा यार, एक पंप का सी मेन काम, ये भी करवाता। ये लीकिंग हो गया, लीकिंग आ गई सी यार, इतने भी लीकिंग आ गई सी ते अंदरली साइड भी आ गई सी। बाकी तुम रोड स्पीड दिखावांगे